ਸਲੋਕ ਮੱਲਾ ਪਹਿਲਾ ਪੁਰਖਾ ਬਿਰਖਾ ਤੀਰਖਾ ਤੱਟਾਂ ਮੇਘਾਂ ਖੇਤਾਂ ਦੀਪਾ ਲੋਆ ਮੰਡਲਾ ਖੰਡਾਂ ਵਰ ਭੰਡਾ ਅੰਡਜੇ ਜੇ ਰਜੇ ਉਤਪੁਜਾ ਖਾਣੀ ਸੇ ਤਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤ ਉਪਾਏ ਕੇ ਸੰਭਾਲੇ ਸਭ ਨਾਮ ਜਿਨ ਕਰਤੇ ਕਰਣਾ ਕੀਆ ਚਿੰਤਾ ਭਿ ਕਰਣੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਦੀ ਬਾਣੀ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਹਾਨ ਰਚਨਾ ਸ੍ਰੀ ਆਸਾ ਦੀਵਾਰ ਦੀ 8ਵੀਂ ਪੌੜੀ ਦਾ ਇਹ ਪਹਿਲਾ ਸਲੋਕ ਜੋ ਪਹਿਲੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਇਸ ਸਲੋਕ ਦੀ ਮੂਲ ਪੰਕਤੀ ਹੈ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਮਨੁੱਖ ਦੇ ਅੰਦਰ ਇੱਕ ਭੁੱਖ ਹੈ ਹਰ ਵਸਤੂ ਨੂੰ ਨਾਪਣ ਦੀ, ਤੋਲਣ ਦੀ ਔਰ ਗਿਣਨ ਦੀ। ਹਰ ਵਸਤੂ ਨੂੰ ਇਹ ਪੂਰਨ ਤੌਰ ਤੇ ਸਮਝਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ ਔਰ ਇਹ ਬੜੀ ਪ੍ਰਬਲ ਭੁੱਖ ਲੈ ਕੇ ਜਮਾਂਦਰੂ ਹੀ ਆਇਆ ਹੈ ਔਰ ਐਸੀ ਭੁੱਖ ਕੇਵਲ ਮਨੁੱਖੀ ਦੁਨੀਆਂ ਵਿੱਚ ਪਾਈ ਜਾਂਦੀ ਹੈ, ਪਸ਼ੂ ਜਗਤ ਵਿੱਚ ਨਹੀਂ। ਮਨੁੱਖ ਹਰ ਚੀਜ਼ ਨੂੰ ਸਿਰਫ ਭੋਗਣਾ ਹੀ ਨਹੀਂ ਚਾਹੁੰਦਾ, ਜਾਣਨਾ ਵੀ ਚਾਹੁੰਦਾ ਹੈ। ਸਿਰਫ ਹਰ ਵਸਤੂ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦਾ, ਉਹਨੂੰ ਸਮਝਣਾ ਵੀ ਚਾਹੁੰਦਾ, ਉਹਨੂੰ ਜਾਣਨਾ ਵੀ ਚਾਹੁੰਦਾ। ਇੱਕ ਚੀਜ਼ ਨੂੰ ਜਾਣਨ ਦੇ ਨਾਲ ਦੂਜੀ ਚੀਜ਼ ਦੀ ਜਾਣਕਾਰੀ ਦੀ ਭੁੱਖ ਵੱਧਦੀ ਹੈ। ਇੱਕ ਪਦਾਰਥ ਨੂੰ ਜਾਣਨ ਦੇ ਨਾਲ ਦੂਜਾ ਪਦਾਰਥ ਸਾਹਮਣੇ ਆ ਜਾਂਦਾ, ਉਹਨੂੰ ਵੀ ਇਹ ਜਾਣਨ ਦੀ ਕੋਸ਼ਿਸ਼ ਕਰਦਾ, ਫਿਰ ਇਹ ਜਾਣਕਾਰੀ ਦਾ ਦਾਇਰਾ, ਇਹ ਭੁੱਖ ਵੱਧਦੀ ਏ ਤੇ ਮਨੁੱਖ ਪੂਰੇ ਸੰਸਾਰ ਨੂੰ ਜਾਣਨਾ ਚਾਹੁੰਦਾ ਔਰ ਪੂਰੇ ਨਿਰੰਕਾਰ ਨੂੰ ਵੀ ਜਾਣਨਾ ਚਾਹੁੰਦਾ। ਇਹੀ ਕਾਰਨ ਹੈ ਕਿ ਪਦਾਰਥ ਦੀ ਖੋਜ ਵੀ ਹੋਈ ਔਰ ਪਰਮਾਤਮਾ ਦੀ ਖੋਜ ਵੀ ਹੋਈ। ਜਿਤਨੀ ਖੋਜ ਹੋ ਸਕੀ ਉਤਨਾ ਹੀ ਲਿਖਿਆ ਜਾ ਚੁੱਕਿਆ ਹੈ, ਲੇਕਿਨ ਖੋਜ ਅਜੇ ਜਾਰੀ ਹੈ। ਪੂਰਨ ਤੌਰ ਤੇ ਪਦਾਰਥ ਦੇ ਖੋਜੀ ਨੇ ਵੀ ਇਹ ਨਹੀਂ ਆਖਿਆ ਕਿ ਮੈਂ ਸਭ ਕੁਝ ਖੋਜ ਲਿਆ। ਅਜੇ ਐਸੇ ਗ੍ਰਹਿ, ਨਛੱਤਰ, ਤਾਰੇ, ਸਿਆਰੇ ਇਤਨੀ ਦੂਰ ਨੇ ਕਿ ਮਨੁੱਖ ਦੀ ਨਿਗਾਹ ਵੀ ਅਜੇ ਉੱਥੇ ਨਹੀਂ ਪਹੁੰਚੀ। ਭਾਵੇਂ ਬਾਰੀਕ ਤੋਂ ਬਾਰੀਕ ਔਰ ਸ਼ਕਤੀਸ਼ਾਲੀ ਦੂਰ ਮਹੀਨਾ ਆਲਮੇ ਵਜੂਦ ਵਿੱਚ ਆ ਗਈਆਂ ਨੇ, ਲੇਕਿਨ ਫਿਰ ਵੀ ਕੁਛ ਦੁਨੀਆ ਐਸੀ ਹੈ ਜੋ ਮਨੁੱਖ ਦੀ ਅਜੇ ਕਲਪਨਾ ਤੋਂ ਵੀ ਪਰੇ ਹੈ। ਇਕਬਾਲ ਨੇ ਠੀਕ ਹੀ ਆਖਿਆ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ। ਸਿਰਫ ਇਹ ਚਮਕਦੇ ਹੋਏ ਸਿਤਾਰੇ ਹੀ ਸਭ ਕੁਛ ਨਹੀਂ, ਇਸ ਤੋਂ ਪਰੇ ਵੀ ਕੁਛ ਦੁਨੀਆ ਹੈ, ਇਸ ਤੋਂ ਪਰੇ ਵੀ ਕੁਛ ਪ੍ਰਿਥਵੀ ਹੈ, ਇਸ ਤੋਂ ਪਰੇ ਵੀ ਕੁਛ ਜੀਵਨ ਹੈ ਔਰ ਅਨੰਤ ਇਹ ਜੀਵਨ।
ਤੋ ਪਦਾਰਥ ਦੇ ਖੋਜੀ ਨੇ ਵੀ ਅਜੇ ਪੂਰਨ ਤੌਰ ਤੇ ਐਸਾ ਦਾਵਾ ਨਹੀਂ ਕੀਤਾ ਕਿ ਮੈਂ ਸਭ ਕੁਛ ਨੂੰ ਜਾਣ ਲਿਆ, ਸਭ ਕੁਛ ਨੂੰ ਸਮਝ ਲਿਆ। ਤੇ ਜਦ ਪਦਾਰਥ ਦੀ ਪੂਰੀ ਖੋਜ ਨਹੀਂ ਹੋ ਸਕੀ ਤੋ ਪਰਮਾਤਮਾ ਦੀ ਖੋਜ ਵੀ ਅਧੂਰੀ ਹੈ। ਇਸ ਵਾਸਤੇ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਪੂਰਨ ਤੌਰ ਤੇ ਪਰਮਾਤਮਾ ਨੂੰ ਜਾਣ ਲਿਆ। ਕਈ ਦਫ਼ਾ ਹੈਰਾਨਗੀ ਆਉਂਦੀ ਹੈ ਕਿ ਪਦਾਰਥ ਦੀ ਦੁਨੀਆਂ ਵਿੱਚ ਤੇ ਐਸਾ ਦਾਵਾ ਨਹੀਂ ਕਿ ਅਸੀਂ ਸਾਰੇ ਪਦਾਰਥ ਦੇ ਤਲ ਨੂੰ, ਗ੍ਰਹਿ ਨਛੱਤਰ ਔਰ ਸਾਰੇ ਬ੍ਰਹਿਮੰਡ ਨੂੰ ਪੂਰਨ ਤੌਰ ਤੇ ਸਮਝ ਲਿਆ। ਲੇਕਿਨ ਕਈ ਦਫ਼ਾ ਧਾਰਮਿਕ ਦੁਨੀਆਂ 'ਚ ਇਹ ਦਾਵਾ ਦੇਖੀਦਾ ਕਿ ਅਸੀਂ ਪਰਮਾਤਮਾ ਨੂੰ ਸਮਝ ਲਏ, ਅਸੀਂ ਪਰਮਾਤਮਾ ਨੂੰ ਜਾਣ ਲਏ, ਅਸੀਂ ਪੂਰਨ ਤੌਰ ਤੇ ਉਸਨੂੰ ਪਹਿਚਾਣ ਲਿਆ। ਨਹੀਂ, ਪੂਰਨ ਤੌਰ ਤੇ ਪਹਿਚਾਣ ਨਹੀਂ ਹੋਵੇਗੀ, ਰੰਚਕ ਮਾਤਰ ਹੋਵੇਗੀ, ਲੇਸ਼ ਮਾਤਰ ਹੋਵੇਗੀ। ਸਾਡੇ ਘਰ ਦੇ 'ਚ ਸੂਰਜ ਦੀ ਕਿਰਨ ਪ੍ਰਵੇਸ਼ ਕਰ ਸਕਦੀ ਹੈ, ਪੂਰਾ ਸੂਰਜ ਨਹੀਂ। ਹਿਰਦੇ ਦੇ 'ਚ ਪ੍ਰਭੂ ਦੀ ਥੋੜੀ ਜਿਹੀ ਜੋਤ ਹੀ ਉਜਾਗਰ ਹੋ ਸਕਦੀ ਹੈ, ਪੂਰੇ ਦਾ ਪੂਰਾ ਪਰਮਾਤਮਾ ਨਹੀਂ। ਤੇ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਮੂਹ ਸੰਸਾਰ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ। ਆਪ ਕਹਿੰਦੇ ਨੇ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਉਹੀ ਜਾਣਦਾ ਹੈ। ਇਹਦਾ ਅੰਦਾਜ਼ਾ ਉਹਨੂੰ ਹੀ ਹੈ ਕਿੰਨੇ ਪਹਾੜ ਨੇ, ਕਿੰਨੇ ਸਰੋਵਰ ਨੇ ਔਰ ਕਿਤਨੀਆਂ ਪ੍ਰਿਥਵੀਆਂ ਨੇ, ਔਰ ਇਹਨਾਂ ਪ੍ਰਿਥਵੀਆਂ ਔਰ ਇਹਨਾਂ ਸਰੋਵਰਾਂ ਤੇ ਪਹਾੜਾਂ ਦੇ ਉੱਤੇ ਰਹਿਣ ਵਾਲੇ ਕਿੰਨੇ ਜੰਤ ਨੇ, ਕਿਤਨੇ ਕੁ ਜੀਵ ਨੇ। ਇਹ ਤੇ ਉਹੀ ਆਪ ਜਾਣਦਾ ਹੈ। ਅਨੰਤ ਇਹ ਪਸਰਿਆ ਹੋਇਆ ਪਦਾਰਥਮਈ ਜਗਤ ਹੈ ਜਿਹਦਾ ਜ਼ਿਕਰ ਸਤਿਗੁਰੂ ਦੇਵ ਜੀ ਮਹਾਰਾਜ ਇੰਝ ਕਰਦੇ ਨੇ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਪੁਰਖਾਂ ਇੰਝ ਗਿਣਤੀ ਮਨੁੱਖ ਤੋਂ ਕਰਦੇ ਨੇ, ਪੁਰਸ਼ ਫਿਰ ਦਰਖਤ ਫਿਰ ਤੀਰਥ ਤੇ ਤੀਰਥਾਂ ਦੇ ਤੱਟ, ਮੇਘਾਂ ਬੱਦਲਾਂ ਤੇ ਫਿਰ ਖੇਤੀਆਂ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਹ ਆਪ ਜਾਣਦਾ ਹੈ ਕਿ ਕਿੰਨੇ ਕੁ ਪੁਰਖ ਨੇ, ਕਿਤਨੇ ਕੁ ਬਿਰਖ ਨੇ ਔਰ ਕਿਤਨੇ ਤੀਰਥ ਨੇ, ਤੀਰਥਾਂ ਦੇ ਤੱਟ ਕਿਤਨੇ ਕੁ ਨੇ, ਕਿੰਨੇ ਕੁ ਬੱਦਲ ਨੇ ਔਰ ਕਿੰਨੀ ਹੈ ਖੇਤੀ ਹੈ, ਕਿਤਨੀ ਹੈ ਪ੍ਰਿਥਵੀ ਹੈ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ, ਕਿਤਨੇ ਦੀਪ ਨੇ ਔਰ ਕਿਤਨੇ ਮੰਡਲ ਨੇ, ਕਿਤਨੇ ਪ੍ਰਿਥਵੀ ਦੇ ਖੰਡ ਨੇ। ਜੈਸੇ ਸਾਡੇ ਦੇਸ਼ ਨੂੰ ਵੀ ਕਹਿੰਦੇ ਨੇ ਭਾਰਤ ਖੰਡ, ਪ੍ਰਿਥਵੀ ਦਾ ਇੱਕ ਹਿੱਸਾ ਇੱਕ ਖੰਡ ਭਾਰਤ ਖੰਡ। ਕਿਤਨੇ ਕੁ ਖੰਡ ਨੇ, ਕਿਤਨੇ ਵਰਭੰਡ ਨੇ, ਕਿਤਨੇ ਦੀਪ ਨੇ, ਕਿਤਨੀਆਂ ਖੇਤੀਆਂ ਨੇ, ਕਿਤਨੇ ਬੱਦਲ ਨੇ, ਕਿਤਨੇ ਤੀਰਥ ਨੇ, ਕਿਤਨੇ ਕੁ ਤੱਟ ਨੇ, ਕਿਤਨੇ ਬਨਸਪਤੀ ਹੈ ਔਰ ਕਿਤਨੇ ਪੁਰਸ਼ ਨੇ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਸਨੂੰ ਹੀ ਹੈ, ਸੋ ਮਿਟ ਜਾਣੇ, ਉਹੀ ਮਿਟ ਜਾਣਦਾ, ਉਹਨੂੰ ਹੀ ਅੰਦਾਜ਼ੇ ਦਾ ਪਤਾ ਹੈ। ਫਿਰ ਸਾਹਿਬ ਕਹਿੰਦੇ ਅੰਡਜ ਜੇਲਤ ਉਦਭੁਜਾਂ ਖਾਣੀ ਸੇਤ ਜਾਣ। ਇਹ ਜੋ ਚਾਰ ਖਾਣੀਆਂ ਨੇ, ਸਭ ਤੋਂ ਪ੍ਰਥਮ ਤੇ ਵੱਡੀ ਖਾਣੀ ਅੰਡਿਆਂ ਦੀ, ਫਿਰ ਜੇਰ ਪੇਟ ਤੋਂ ਪੈਦਾ ਹੋਣ ਵਾਲੇ, ਉਤਭੁਜਾਂ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿੱਚੜ ਜੂੰ ਚਮ ਚਿੱਚੜ ਇਤਿਆਦਿ।
ਕਿ ਕਿਤਨੀਆਂ ਕੁ ਖਾਣੀਆਂ ਨੇ ਔਰ ਇਹਨਾਂ ਖਾਣੀਆਂ ਦੇ ਚੋਂ ਕਿੰਨੇ ਕੁ ਜੀਵ ਰੋਜ਼ ਪੈਦਾ ਹੋ ਰਹੇ ਨੇ, ਕਿਤਨੇ ਪਾਤਾਲ ਨੇ, ਕਿਤਨੇ ਮੰਡਲ ਨੇ, ਕਿਤਨੇ ਧਰਤੀ ਦੇ ਖੰਡ ਨੇ, ਔਰ ਕਿਤਨੇ ਪੁਰਖ ਨੇ, ਕਿਤਨੀਆਂ ਪ੍ਰਿਥਵੀਆਂ ਨੇ, ਕਿਤਨੇ ਦਰਖਤ ਨੇ, ਕਿਤਨੇ ਤੀਰਥ ਨੇ, ਔਰ ਕਿੰਨੇ ਕੁ ਤੀਰਥਾਂ ਦੇ ਤੱਟ ਨੇ, ਸਭ ਕੁਝ ਦਾ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਹਵਾਲਾ ਦਿੰਦੇ ਨੇ, ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਮ ਦਾ। ਇਹ ਤੇ ਉਹ ਆਪ ਹੀ ਮਿਤ ਜਾਣਦਾ ਹੈ ਕਿ ਕਿਤਨੇ ਸਰੋਵਰ ਨੇ, ਕਿੰਨੇ ਪਹਾੜ ਨੇ, ਔਰ ਇਹਨਾਂ ਸਰੋਵਰਾਂ ਪਹਾੜਾਂ ਤੇ ਪ੍ਰਿਥਵੀਆਂ ਵਿੱਚ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ। ਇਹ ਤੇ ਸੋ ਮਿਤ ਜਾਣੇ, ਉਹ ਆਪ ਹੀ ਪਰਮਾਤਮਾ ਜਾਣਦਾ ਹੈ, ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ। ਭਾਵ ਪਸਾਰਾ ਬਹੁਤ ਵੱਡਾ ਹੈ। ਵੱਡੇ ਚਿੱਤਰਕਾਰ ਦੀ ਰਚਨਾ ਵੱਡੀ ਹੁੰਦੀ ਹੈ, ਮਹਾਨ ਕਵੀ ਦੀ ਕਵਿਤਾ ਮਹਾਨ ਹੁੰਦੀ ਹੈ, ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ, ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਆਉਂਦੀ ਹੈ। ਈਸ਼ਵਰ ਮਹਾਨ ਕਰਤਾ ਹੈ, ਇਸ ਵਾਸਤੇ ਉਸਦੀ ਕਿਰਤ ਵੀ ਮਹਾਨ ਹੈ। ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸਦੀ ਕਿਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਆਪ ਅਥਾਹ ਹੈ, ਅਗਮ ਹੈ, ਉਹਦੀ ਕਿਰਤ ਵੀ ਅਥਾਹ ਹੈ, ਅਗਮ ਹੈ। ਸੰਸਾਰ ਕਿਧਰੇ ਮੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਤੇ ਸੰਸਾਰ ਸਿਰਫ ਇਤਨਾ ਹੀ ਨਹੀਂ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਪ੍ਰਿਥਵੀ ਤੇ ਅਸੀਂ ਰਹਿੰਦੇ ਹਾਂ, ਇਸ ਤਰ੍ਹਾਂ ਦੀਆਂ ਅਨੰਤ ਪ੍ਰਿਥਵੀਆਂ ਨੇ, ਔਰ ਐਸੀਆਂ ਵੀ ਪ੍ਰਿਥਵੀਆਂ ਨੇ, ਐਸੀ ਵੀ ਦੁਨੀਆ ਹੈ ਜਿਸ ਦੀ ਸ਼ਾਇਦ ਅਜੇ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ, ਜੋ ਮਨੁੱਖ ਦੀ ਸੋਚ ਤੋਂ ਵੀ ਪਰੇ, ਜੋ ਮਨੁੱਖ ਦੀ ਵਿਚਾਰ ਤੋਂ ਵੀ ਪਰੇ, ਜੋ ਮਨੁੱਖ ਦੀ ਕਲਪਨਾ ਦੀ ਪ੍ਰਵਾਸ ਤੋਂ ਵੀ ਪਰੇ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਜੀਵ ਜੰਤੂਆਂ ਨੂੰ ਪਹਾੜਾਂ ਵਿੱਚ, ਸਾਗਰਾਂ ਵਿੱਚ, ਧਰਤੀਆਂ ਵਿੱਚ ਪੈਦਾ ਕਰਕੇ ਸਾਹਿਬ ਕਹਿੰਦੇ ਨੇ, ਫਿਰ ਉਹਨਾਂ ਦੀ ਉਹ ਸੰਭਾਲ ਕਰਦਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਦਰਅਸਲ ਮਨੁੱਖ ਐਵੇਂ ਫਿਕਰ ਤੇ ਤਣਾਅ ਵਿੱਚ ਬੱਝਿਆ ਰਹਿੰਦਾ ਹੈ, ਇਹਨੂੰ ਕੌਣ ਦੱਸੇ ਤੇਰੀ ਦ੍ਰਿਸ਼ਟੀ ਪਰਮਾਤਮਾ ਤੇ ਹੈ। ਦ੍ਰਿਸ਼ਟ ਪ੍ਰਭੂ ਦੀ ਹਰ ਵਕਤ ਤੇਰੇ ਤੇ ਪੈ ਰਹੀ ਹੈ, ਤੂੰ ਉਹਦੀ ਦ੍ਰਿਸ਼ਟੀ ਦੇ ਥੱਲੇ ਹੈ, ਹਾਥੀ ਤੋਂ ਲੈ ਕੇ ਕੀੜੀ ਤੱਕ ਉਹਦੀ ਦ੍ਰਿਸ਼ਟੀ ਦੇ ਥੱਲੇ ਹੈ। ਔਰ ਸਿਰਫ ਉਸਦੀ ਨਜ਼ਰਾਂ ਦੇ ਚ ਹੀ ਨਹੀਂ, ਉਹ ਸੰਭਾਲ ਕਰਦਾ ਹੈ, ਪ੍ਰਤਪਾਲਨਾ ਕਰਦਾ ਹੈ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਰਿਜਕ ਸਭਾਏ ਸਾਸ ਸਾਸ ਗੂੜਾ ਜਾਂ ਕਾ ਨਾ, ਸਵਾਸ ਸਵਾਸ ਰਿਜਕ ਦੇਣ ਵਾਲਾ, ਹਰ ਜੀਵਨਧਾਰੀ ਨੂੰ ਰਿਜਕ ਦੇਣ ਵਾਲਾ, ਐਸਾ ਉਹ ਰਾਜ਼ਕ ਰਹਿੰਦ ਹੈ, ਐਸਾ ਉਹ ਰੋਜ਼ੀ ਦੇਹਿੰਦ ਹੈ। ਤੂੰ ਸਾਹਿਬ ਕਹਿੰਦੇ, ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ, ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ, ਜਿਤਨੇ ਜੀਵ ਜਨ ਉਸਨੇ ਪ੍ਰਿਥਵੀ ਪਹਾੜਾਂ ਤੇ ਸਾਗਰਾਂ ਵਿੱਚ ਪੈਦਾ ਕੀਤੇ ਨੇ। ਜਿਨ ਕਰਤੇ ਕਰਣਾ ਕੀਆ ਚਿੰਤਾ ਭੀ ਕਰਨੀ ਤਾਂ, ਕਰਣਾ ਉਸ ਕਰਤੇ ਦਾ, ਸਾਰੀ ਕ੍ਰਿਤ ਹੈ ਉਹ ਕਰਤਾ ਹੈ, ਤੂੰ ਹੁਣ ਕ੍ਰਿਤ ਦੀ ਚਿੰਤਾ ਉਸ ਕਰਤੇ ਨੂੰ ਹੋਣੀ ਚਾਹੀਦੀ ਹੈ, ਕ੍ਰਿਤ ਸਵੈਮ ਕਿਉਂ ਚਿੰਤਾ ਕਰੇ। ਅਸੀਂ ਕ੍ਰਿਤ ਹਾਂ, ਪਰਮਾਤਮਾ ਸਾਡਾ ਕਰਤਾ ਹੈ, ਸਮੂਹ ਬ੍ਰਹਿਮੰਡ ਇਹ ਸੰਸਾਰ ਕ੍ਰਿਤ ਮੰਡਲ ਹੈ, ਔਰ ਇਸਦਾ ਕਰਤਾ ਹੈ ਅਕਾਲ ਪੁਰਖ
ਪਰਿਪੂਰਨ ਪਰਮਾਤਮਾ ਹਮੇਸ਼ਾ ਕਰਤੇ ਨੂੰ ਹੀ ਕ੍ਰਿਤ ਦੀ ਚਿੰਤਾ ਹੁੰਦੀ ਹੈ। ਬਦਕਿਸਮਤ ਹੈ ਉਹ ਕ੍ਰਿਤ ਜੋ ਆਪਣੀ ਚਿੰਤਾ ਆਪ ਕਰੇ। ਨਹੀਂ, ਤੂੰ ਸਿਰਫ ਚਿੰਤਨ ਕਰ ਕਰਤੇ ਦਾ, ਤੇ ਕਰਤਾ ਤੇਰੀ ਚਿੰਤਾ ਕਰੇਗਾ, ਤੇਰੀ ਫਿਕਰ ਕਰੇਗਾ, ਤੇਰੀ ਸੰਭਾਲ ਕਰੇਗਾ। ਤੂੰ ਚਿੰਤਨ ਨਾ ਵੀ ਕਰ ਤਾਂ ਵੀ ਉਹ ਤੇਰੀ ਚਿੰਤਾ ਕਰੇਗਾ, ਤਾਂ ਵੀ ਉਹ ਤੇਰੀ ਸੰਭਾਲ ਕਰੇਗਾ। ਪਰ ਤੈਨੂੰ ਇਹ ਬਣ ਆਉਂਦਾ ਹੈ, ਤੇਰੇ ਤੇ ਇਹ ਲਾਜ਼ਮੀ ਹੈ, ਤੇਰਾ ਇਹ ਫਰਜ਼ ਹੈ ਕਿ ਤੂੰ ਕਰਤੇ ਦਾ ਚਿੰਤਨ ਕਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਣੀ ਆਮਦਨ ਨਾ ਬੂਦ ਮਰਾ। ਹੇ ਪਰਿਪੂਰਨ ਪਰਮਾਤਮਾ, ਤੇਰੇ ਭਜਨ ਦੀ ਖਿੱਚ ਮੈਨੂੰ ਇਸ ਮਨੁੱਖਾ ਜਾਮਾਂ ਵਿੱਚ ਲੈ ਆਈਏ, ਵਰਨਾ ਇਸ ਨੀਲੇ ਗੁੰਬਲ ਦੇ ਥੱਲੇ ਆ ਕੇ ਮੈਂ ਕੀ ਕਰਨਾ ਸੀ, ਖਾਂਦਾ ਪੀਂਦਾ ਤੇ ਮੈਂ ਪਸ਼ੂ ਜੂਨ ਵਿੱਚ ਵੀ ਰਿਹਾ, ਔਰ ਬਾਲ ਬੱਚੇ ਤੇ ਮੈਂ ਪਸ਼ੂ ਜਗਤ ਵਿੱਚ ਵੀ ਪੈਦਾ ਕਰਦਾ ਰਿਹਾ। ਪਰ ਮਨੁੱਖੇ ਤਨ ਦੀ ਇਹ ਜਿਹੜੀ ਹਵਿਸ਼ ਹੈ, ਇਸ ਤਨ ਤੱਕ ਜੋ ਮੈਨੂੰ ਲੈ ਆਈ ਹੈ, ਇਹ ਹਵਿਸ਼ ਹੈ ਤੇਰੇ ਮਿਲਣ ਦੀ, ਇਹ ਇੱਛਾ ਹੈ ਤੇਰੇ ਮਿਲਣ ਦੀ, ਤਲਬ ਹੈ ਤੇਰੇ ਦੀਦਾਰ ਦੀ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਣੀ ਆਮਦਨ ਨਾ ਬੂਦ ਮਰਾ। ਵਰਨਾ ਇਸ ਦੁਨੀਆਂ ਵਿੱਚ ਆਉਣ ਦਾ ਮੇਰਾ ਕੋਈ ਕਾਰਨ ਹੋਰ ਦਿਖਾਈ ਨਹੀਂ ਦਿੰਦਾ, ਕਿਉਂਕਿ ਆਖੀਏ ਕਿ ਬੰਦਾ ਖਾਣ ਪੀਣ ਲਈ ਆਇਆ, ਤੂੰ ਪਸ਼ੂ ਖਾਂਦੇ ਪੀਂਦੇ ਨੇ। ਬੰਦਾ ਬੱਚੇ ਪੈਦਾ ਕਰਨ ਲਈ ਆਇਆ, ਤੂੰ ਪਸ਼ੂ ਵੀ ਬੱਚੇ ਪੈਦਾ ਕਰਦੇ ਨੇ। ਬੰਦਾ ਬੱਚਿਆਂ ਦੀ ਪਾਲਣਾ ਕਰਨ ਲਈ ਆਇਆ, ਤੂੰ ਉਹ ਵੀ ਪਾਲਣਾ ਕਰਦੇ ਨੇ, ਪਸ਼ੂ ਵੀ ਪਾਲਣਾ ਕਰਦੇ ਨੇ। ਰਹਿਣ ਲਈ ਉਹ ਵੀ ਮਕਾਨ ਬਣਾ ਲੈਂਦੇ ਨੇ, ਘੌਂਸਲੇ ਬਣਾ ਲੈਂਦੇ ਨੇ, ਖੁੱਡਾਂ ਬਣਾ ਲੈਂਦੇ ਨੇ। ਰਿਜ਼ਕ ਦੀ ਤਲਾਸ਼ ਉਹ ਵੀ ਕਰਦੇ ਨੇ, ਰੋਜ਼ੀ ਉਹਨਾਂ ਨੂੰ ਵੀ ਪ੍ਰਭੂ ਜੋ ਹੈ ਦਿੰਦਾ ਹੈ। ਨਹੀਂ, ਤੂੰ ਰਿਜ਼ਕ ਦੀ ਤਲਾਸ਼ ਲਈ ਨਹੀਂ ਆਇਆ, ਤੂੰ ਰਾਜ਼ਕ ਰਹਿੰਦ ਦੀ ਤਲਾਸ਼ ਲਈ ਆਇਆ। ਤੂੰ ਬੱਚੇ ਪੈਦਾ ਕਰਨ ਲਈ ਨਹੀਂ ਆਇਆ, ਤੂੰ ਆਪਣੇ ਅੰਦਰੋਂ ਪਰਮ ਜੋਤੀ ਨੂੰ ਪੈਦਾ ਕਰਨ ਲਈ ਆਇਆ। ਤੂੰ ਸਿਰਫ ਬੱਚਿਆਂ ਦੀ ਪਾਲਣਾ ਕਰਨ ਲਈ ਨਹੀਂ ਆਇਆ, ਦਰਅਸਲ ਤੂੰ ਆਪਣੀ ਆਤਮਾ ਦੀ ਸੰਭਾਲ ਲਈ ਆਇਆ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਣੀ ਆਮਦਨ ਨਾ ਬੂਦ ਮਰਾ। ਬੰਦਗੀ ਦੀ ਖਿੱਚ ਮੈਨੂੰ ਇਸ ਤਨ ਵਿੱਚ ਲਿਆਈ, ਵਰਨਾ ਇਸਦਾ ਕੋਈ ਲਾਭ ਮੈਨੂੰ ਹੋਰ ਦਿਖਾਈ ਨਹੀਂ ਦੇ ਰਿਹਾ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਤੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਾਲ ਪੁਰਖ ਤੇਰੀ ਚਿੰਤਾ ਕਰੇਗਾ, ਤੂੰ ਅਕਾਲ ਪੁਰਖ ਦਾ ਚਿੰਤਨ ਕਰ, ਤੂੰ ਉਸਦਾ ਸਿਮਰਨ ਕਰ, ਉਹ ਤੇਰੀ ਸੰਭਾਲ ਕਰੇਗਾ। ਤੂੰ ਉਸਨੂੰ ਯਾਦ ਕਰ, ਉਹ ਤੇਰੀਆਂ ਝੋਲੀਆਂ ਭਰੇਗਾ। ਉਹਦਾ ਫਰਜ਼ ਹੈ ਤੇਰੀ ਸੰਭਾਲ ਕਰਨਾ, ਤੇਰਾ ਫਰਜ਼ ਹੈ ਉਹਨੂੰ ਯਾਦ ਕਰਨਾ, ਉਹਦਾ ਚਿੰਤਨ ਕਰਨਾ। ਤਾਂ ਸਾਹਿਬ ਕਹਿੰਦੇ ਨੇ, ਜਿਨ ਕਰ ਤੇ ਕਰਨਾ ਕੀਆ, ਚਿੰਤਾ ਬਹਿ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ, ਉਸ ਕਰਤੇ ਨੂੰ ਹੀ ਇਸਦੀ ਚਿੰਤਾ ਹੈ। ਹਕੀਕਤ ਹੈ, ਇਸ ਨੂੰ ਸਤਿਗੁਰੂ ਜੀ ਬਾਰ ਬਾਰ ਦੁਹਰਾ ਰਹੇ ਨੇ ਕਿ ਉਹਨੂੰ ਚਿੰਤਾ ਹੈ, ਉਹਨੂੰ ਚਿੰਤਾ ਹੈ। ਦਰਅਸਲ ਮਨੁੱਖ ਬਹੁਤ ਸਾਰੀਆਂ ਚਿੰਤਾਵਾਂ ਦੀ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਡ ਨੂੰ ਉਤਾਰਨਾ ਚਾਹੁੰਦੇ ਨੇ, ਇਸ ਬੋਝ ਨੂੰ ਉਤਾਰਨਾ ਚਾਹੁੰਦੇ ਨੇ। ਅਨੰਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਚੋਂ ਸਭ ਤੋਂ ਪ੍ਰਬਲ ਚਿੰਤਾ ਹੈ ਰਿਜ਼ਕ ਦੀ, ਰੋਜ਼ੀ ਦੀ।
ਅੱਜ ਮਿਲਿਆ ਹੈ, ਕੱਲ ਮਿਲੇਗਾ ਕਿ ਨਹੀਂ। ਅੱਜ ਮੈਂ ਜੀ ਸਕਿਆ, ਪਤਾ ਨਹੀਂ ਕੱਲ ਜੀ ਸਕਾਂਗਾ ਕਿ ਨਹੀਂ। ਅੱਜ ਮੈਨੂੰ ਰੋਜ਼ੀ ਮਿਲੀ ਹੈ, ਪਤਾ ਨਹੀਂ ਕੱਲ ਰੋਜ਼ੀ ਮਿਲਣੀ ਹੈ ਕਿ ਨਹੀਂ। ਔਰ ਚਿੰਤਾ ਕੱਲ ਦੀ, ਚਿੰਤਾ ਭਵਿਸ਼ ਦੀ। ਈਰਾਨ ਦੇ ਇੱਕ ਪ੍ਰਸਿੱਧ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਗਮੇ ਰੋਜ਼ੀ ਮਹੁਰ, ਰੋਜ਼ੀ ਦਾ ਗਮ ਨਾ ਕਰ, ਰਿਜ਼ਕ ਦਾ ਗਮ ਨਾ ਕਰ। ਗਮੇ ਰੋਜ਼ੀ ਮਹੁਰ, ਮਜ਼ਨ ਔਰਾ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤਿਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖ ਤੇਰਾ ਜਨਮ ਬਾਅਦ ਦੇ ਚ ਹੋਇਆ, ਮਾਂ ਦੇ ਅਸਥਨ ਪਹਿਲੇ ਹੀ ਬਣ ਗਏ, ਦੁੱਧ ਪਹਿਲੇ ਹੀ ਬਣ ਗਿਆ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਹੂ ਬਹੁ ਇਸੇ ਢੰਗ ਦਾ ਫਰਮਾਨ ਫਰਮਾਉਂਦੇ ਨੇ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੂ ਸਾਬਨ ਸੂਦ। ਪ੍ਰਥਮੇ ਮਾਖਨ, ਪਹਿਲੇ ਮਾਂ ਦੇ ਥਣ ਨੇ, ਦੁੱਧ ਪਿੱਛੇ। ਰੋਜ਼ੀ ਦੇ ਸੋਮੇ ਪਹਿਲੇ ਹੀ ਬਣਾ ਦਿੱਤੇ ਨੇ, ਤੇਰਾ ਜਨਮ ਹੋਇਆ ਤੇਰੇ ਜਨਮ ਤੋਂ ਪਹਿਲੇ ਵੀ ਦੁੱਧ ਮੌਜੂਦ ਹੈ। ਰੋਜ਼ੀ ਦੇ ਸੋਮੇ ਮਾਂ ਦੇ ਅਸਥਣ ਮੌਜੂਦ ਨੇ, ਇੱਥੋਂ ਕਿਉਂ ਨਹੀਂ ਪ੍ਰੇਰਨਾ ਲੈਂਦਾ? ਭਗਤ ਧੰਨਾ ਜੀ ਇੱਕ ਦਿਨ ਸੁਤੇ ਸਿੱਧ ਜੰਗਲ ਵਿੱਚ ਟਹਿਲਦੇ ਹੋਏ ਨਿਕਲ ਰਹੇ ਨੇ ਇੱਕ ਪਗਡੰਡੀ ਤੋਂ। ਆਪਦੇ ਪੈਰਾਂ ਨਾਲ ਇੱਕ ਮਿੱਟੀ ਦਾ ਬੜਾ ਸਖਤ ਢੇਲਾ ਠੋਕਰ ਖਾ ਗਿਆ, ਉਹ ਟੁੱਟ ਗਿਆ। ਉਸ ਟੁੱਟੇ ਢੇਲੇ ਵਿੱਚ ਕੀ ਦੇਖਦੇ ਨੇ? ਧੰਨਾ ਜੀ ਇੱਕ ਕੀੜਾ ਹੈ, ਔਰ ਉਸ ਕੀੜੇ ਦੇ ਮੂੰਹ ਦੇ ਵਿੱਚ ਬੇਰ ਦਾ ਪੱਤਾ ਹੈ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹਾ। ਆਪਦੀ ਅਗੰਮੀ ਦ੍ਰਿਸ਼ਟੀ, ਆਪਦੀ ਅਧਿਆਤਮੀ ਸੁਰਤ ਇਕਦਮ ਬਿਸਮਾਤ ਦੇ ਮੰਡਲਾਂ ਚ ਖੋ ਗਈ। ਆਪ ਕਹਿੰਦੇ ਨੇ, ਪਾਖਾਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਈ ਕਹਿ ਧੰਨਾ, ਪੂਰਨ ਤਾਂ ਹੂੰ ਕੋ ਮਤ ਰੇ ਜੀਏ ਡਰਾਈ। ਕੋਈ ਰਸਤਾ ਨਹੀਂ, ਕੋਈ ਮਾਰਗ ਨਹੀਂ ਇਸ ਗੁਪਤ ਰਹਿੰਦੇ ਕੀੜੇ ਨੂੰ। ਗੁਪਤ ਰੂਪ ਦੇ ਵਿੱਚ ਰਿਜ਼ਕ ਪਹੁੰਚ ਗਿਆ, ਰੋਜ਼ੀ ਪਹੁੰਚ ਗਈ ਹੈ। ਮਨੁੱਖ ਦੇ ਜ਼ਿਹਨ ਦਿੱਤੇ ਹਰ ਵਕਤ ਜਿਹੜਾ ਬੋਝ ਤੇ ਤਣਾਅ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਨੇ, ਇਹ ਤਣਾਅ ਪੰਛੀਆਂ ਦੇ ਜਗਤ ਵਿੱਚ ਨਹੀਂ ਹੈ, ਪਸ਼ੂਆਂ ਦੇ ਜਗਤ ਵਿੱਚ ਨਹੀਂ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਸਾ ਫਰਮਾਨ ਕਰਦੇ ਨੇ, ਪ੍ਰਿੰਦ ਹੈ ਨਾ ਗਿਰ ਹੈ ਜ਼ਰ, ਪੰਛੀਆਂ ਕੋਲ ਨਾ ਜ਼ਰ ਹੈ ਤੇ ਨਾ ਹੀ ਕੋਈ ਸੋਹਣੇ ਗੋਦਾਮ ਤੇ ਮਕਾਨ ਨੇ ਜਿਹਦੇ ਚ ਉਹ ਕੋਈ ਅੰਨ ਦਾ ਚੁੱਗੇ ਦਾਣੇ ਦਾ ਸਟਾਕ ਕਰ ਲੈਣ, ਇਕੱਠਾ ਕਰ ਲੈਣ। ਪ੍ਰਿੰਦ ਹੈ ਨਾ ਗਿਰ ਹੈ ਜ਼ਰ, ਦਰਖਤ ਆਬ ਆਸ ਕਰ ਦੇਹੰਦ ਸੋਹੀ, ਏਕ ਤੂੰ ਹੀ ਏਕ ਤੂੰ ਹੀ। ਪੰਛੀ ਅੱਜ ਰੱਜ ਕੇ ਆ ਰਹੇ ਹੈ, ਕੱਲ ਦੀ ਫਿਕਰ ਨਹੀਂ, ਕੱਲ ਫਿਰ ਪਰਮਾਤਮਾ ਹੋਵੇਗਾ, ਕੱਲ ਫਿਰ ਈਸ਼ਵਰ ਹੋਵੇਗਾ। ਕਹਿੰਦੇ ਨੇ ਇੱਕ ਫਕੀਰ, ਮਸਤ ਫਕੀਰ ਖਵਾਜਾ ਮਈ ਦਿਨ ਦੀ ਚਿਸ਼ਤੀ ਦੀ ਦਰਗਾਹ ਦੇ ਬਾਹਰ ਬੈਠਾ, ਹੱਥ ਫੈਲਾ ਕੇ ਭਿਕਸ਼ਾ ਮੰਗ ਰਿਹਾ ਸੀ, ਲੇਕਿਨ ਹੈ ਕਿਸੇ ਰੰਗ ਦੇ ਚ ਰੰਗਿਆ ਹੋਇਆ। ਮੰਗ ਰਿਹਾ ਸੀ ਸਿਰਫ ਚਾਰ ਆਨੇ, ਮੈਂ ਦੋ ਰੋਟੀਆਂ ਲੈਣੀਆਂ ਚਾਰ ਆਨੇ ਦੀਆਂ।
ਇੱਕ ਸੰਤ ਨੇ ਅਠੈਨੀ ਹਥੇਲੀ ਤੇ ਪਕੜਾ ਦਿੱਤੀ। ਆਖਿਆ ਇਹ ਲੈ। ਉਹ ਫਕੀਰ ਕਹਿਣ ਲੱਗਾ, ਸੰਤ ਜੀ ਠਹਿਰੋ। ਉਹਨੇ ਚਾਰ ਆਨੇ ਦੀਆਂ ਦੋ ਰੋਟੀਆਂ ਲਈਆਂ ਤੇ ਚਾਰ ਆਨੇ ਸੰਤ ਨੂੰ ਵਾਪਸ ਕਰਨ ਲੱਗਾ। ਆਖਣ ਲੱਗਾ, ਮੈਨੂੰ ਚਵਾਨੀ ਚਾਹੀਦੀ ਸੀ। ਅਠੈਨੀ ਨੇ ਉਹ ਸੰਤ ਨੇ ਕਹਿ ਦਿੱਤਾ, ਕੋਈ ਗੱਲ ਨਹੀਂ ਫਕੀਰ ਸਾਈਂ, ਬਾਕੀ ਚਾਰ ਆਨੇ ਦੀਆਂ ਕੱਲ ਦੋ ਰੋਟੀਆਂ ਲੈ ਲੈਣੀਆਂ। ਉਹਨੇ ਚਵਾਨੀ ਵੀ ਸੁੱਟੀ, ਦੋ ਰੋਟੀਆਂ ਵੀ ਸੰਤ ਦੇ ਹੱਥ ਤੇ ਥਮਾ ਦਿੱਤੀਆਂ। ਆਖਿਆ, ਮੈਂ ਨਾ ਸ਼ੁਕਰੇ ਦੇ ਪੈਸੇ ਦੀਆਂ ਰੋਟੀਆਂ ਨਹੀਂ ਖਾਣੀਆਂ। ਜਿਸ ਖੁਦਾ ਨੇ ਮੈਨੂੰ ਅੱਜ ਦਿੱਤਾ ਹੈ ਉਹ ਮੈਨੂੰ ਕੱਲ ਵੀ ਦੇਵੇਗਾ, ਤੇ ਤੂੰ ਨਾ ਸ਼ੁਕਰ ਹੈ। ਤੈਨੂੰ ਈਸ਼ਵਰ ਦਾ ਬੋਧ ਨਹੀਂ, ਅਕਾਲ ਪੁਰਖ ਦਾ ਬੋਧ ਨਹੀਂ। ਜਿਹਨੇ ਅੱਜ ਦਿੱਤਾ ਹੈ ਉਹ ਕੱਲ ਵੀ ਦੇਵੇਗਾ, ਜਿਸਨੇ ਅੱਜ ਤੈਨੂੰ ਭੇਜਿਆ ਉਹ ਕੱਲ ਕਿਸੇ ਹੋਰ ਨੂੰ ਭੇਜੇਗਾ। ਮੇਰਾ ਤੇ ਇਹ ਯਕੀਨ ਹੈ, ਮੇਰਾ ਤੇ ਇਹ ਭਰੋਸਾ ਹੈ। ਪਰ ਤੂੰ ਸਾਧ ਬਾਣੀ ਵਿੱਚ ਹੋ ਕੇ ਵੀ ਭਰੋਸੇ ਤੋਂ ਹੀਣ ਹੈ, ਵਿਸ਼ਵਾਸ ਤੋਂ ਹੀਣ ਹੈ, ਪੂਰਨ ਨਿਸ਼ਚੇ ਤੋਂ ਹੀਣ ਹੈ, ਡੋਲਿਆ ਹੋਇਆ। ਦਰਅਸਲ ਜੈਸੇ ਜੈਸੇ ਕੋਈ ਸਿਮਰਨ ਕਰਦਾ ਹੈ ਪਰਮਾਤਮਾ ਤੇ ਭਰੋਸਾ ਜੰਮਦਾ ਹੈ, ਤੇ ਜਦ ਪਰਮਾਤਮਾ ਤੇ ਭਰੋਸਾ ਜੰਮਦਾ ਹੈ ਤੂੰ ਕੱਲ ਦੀ ਫਿਕਰ ਮਿਟਦੀ ਹੈ। ਮਨੁੱਖ ਅੱਜ ਨੂੰ ਹੀ ਸਵਾਰਦਾ ਹੈ, ਅੱਜ ਦੇ ਵਿੱਚ ਹੀ ਜੀਵਦਾ ਹੈ, ਔਰ ਉਸਨੂੰ ਪਤਾ ਹੈ ਕਿ ਅਮਿੱਟ ਹੈ ਪਰਮਾਤਮਾ। ਇਸ ਵਾਸਤੇ ਰੋਜ਼ੀ ਵੀ ਉਸਦੀ ਅਮਿੱਟ ਹੈ, ਦਿੰਦਾ ਰਹੇਗਾ, ਦਿੰਦਾ ਰਹੇਗਾ। ਹਾਂ, ਦਿੰਦਿਆਂ ਉਹ ਥੱਕਦਾ ਵੀ ਨਹੀਂ। ਕਈ ਦਫ਼ਾ ਮਨੁੱਖ ਕੁਛ ਵਸਤੂ ਦੇਣ ਲੱਗ ਪੈਂਦਾ ਹੈ ਤੇ ਦਿੰਦਿਆਂ ਹੀ ਥੱਕ ਜਾਂਦਾ ਹੈ, ਪਰ ਸਾਹਿਬ ਕਹਿੰਦੇ ਨੇ ਉਹ ਤੇ ਐਸਾ ਦਾਤਾ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ। ਅਨੰਤ ਕਾਲ ਤੋਂ ਦੇਈ ਜਾ ਰਿਹਾ, ਦੇਈ ਜਾ ਰਿਹਾ, ਦੇਈ ਜਾ ਰਿਹਾ। ਲੈਣ ਵਾਲੇ ਥੱਕ ਜਾਂਦੇ ਨੇ, ਦੇਣ ਵਾਲਾ ਨਹੀਂ ਥੱਕਦਾ, ਉਹ ਅਜੇ ਵੀ ਦੇਈ ਜਾ ਰਿਹਾ। ਤਮਾਮ ਜੀਵਾਂ ਨੂੰ, ਤਮਾਮ ਜੀਵਨ ਸ਼੍ਰੇਣੀ ਦੀ ਝੋਲੀ ਵਿੱਚ ਰਿਜ਼ਕ ਪਾ ਰਿਹਾ। ਕੁਛ ਵੀ ਮੁੱਕਿਆ ਨਹੀਂ ਹੈ। ਇੱਕ ਚੀਜ਼ ਮੁੱਕਦੀ ਹੈ, ਦੂਸਰੇ ਦੇ ਅੰਬਾਰ ਪ੍ਰਾਪਤ ਹੋ ਜਾਂਦੇ ਨੇ, ਦੂਸਰੇ ਦੇ ਅੰਬਾਰ ਲੱਭ ਪੈਂਦੇ ਨੇ, ਤਾਂ ਪ੍ਰਿਥਵੀ ਵਿੱਚ ਰਿਜ਼ਕ ਜੀਵਾਂ ਦਾ ਮੌਜੂਦ ਹੈ। ਅਰਬਾਂ ਖਰਬਾਂ ਸਾਲ ਤੋਂ ਜੀਵ ਇਸ ਪ੍ਰਿਥਵੀ ਦੇ ਚੋਂ ਰਿਜ਼ਕ ਕੱਢ ਰਹੇ ਨੇ, ਰੋਜ਼ੀ ਕੱਢ ਰਹੇ ਨੇ, ਦਾਤਾਂ ਪ੍ਰਾਪਤ ਕਰ ਰਹੇ ਨੇ, ਖਾ ਰਹੇ ਨੇ, ਪੀ ਰਹੇ ਨੇ, ਪਰ ਪ੍ਰਭੂ ਦਾ ਭੰਡਾਰਾ ਅਜੇ ਤੱਕ ਮੁੱਕਿਆ ਨਹੀਂ ਤੇ ਨਾ ਹੀ ਮੁੱਕਣਾ ਹੈ। ਤਾਂ ਸਾਹਿਬ ਕਹਿੰਦੇ ਨੇ, ਜਿਸ ਪਰਿਪੂਰਨ ਪ੍ਰਮਾਤਮਾ ਨੇ ਇਹ ਸਾਰਾ ਜਗਤ ਬਣਾਇਆ ਹੈ ਉਸੇ ਨੂੰ ਹੀ ਇਸ ਦੀ ਚਿੰਤਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਮਹਾਰਾਜ ਕਹਿੰਦੇ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਤੂੰ ਨਾ ਚਿੰਤਾ ਕਰ, ਚਿੰਤਾ ਕਰਤੇ ਦੀ ਝੋਲੀ ਚ ਪਾ, ਉਹਨੂੰ ਕਰਨ ਦੇ, ਔਰ ਕਰ ਰਿਹਾ। ਤੂੰ ਸਿਰਫ ਚਿੰਤਨ ਕਰ। ਬਦਕਿਸਮਤੀ ਹੈ ਕਿ ਈਸ਼ਵਰ ਤੇ ਚਿੰਤਾ ਕਰਦਾ ਹੈ, ਸੰਭਾਲ ਕਰਦਾ ਹੈ, ਮਨੁੱਖ ਵੀ ਚਿੰਤਾ ਕਰਨ ਲੱਗ ਪੈਂਦਾ ਆਪਣੀ। ਔਰ ਹੁੰਦਾ ਕੀ ਹੈ ਕਿ ਇਹਨਾਂ ਚਿੰਤਾ ਦੇ ਤਣਾਅ ਦੇ ਥੱਲੇ, ਬੋਝ ਥੱਲੇ ਮਨੁੱਖ ਖਾਮਖਾ ਦਬਾਇਆ ਰਹਿੰਦਾ ਹੈ, ਔਰ ਮਨੁੱਖ ਦਾ ਅਧਿਆਤਮਕ ਵਿਕਾਸ ਰੁਕ ਜਾਂਦਾ ਹੈ। ਸਾਰੀ ਦੁਨੀਆਂ ਵਿੱਚ ਜੋ ਅਧਿਆਤਮਕ ਵਿਕਾਸ ਰੁਕਿਆ ਹੈ ਉਹ ਮਹਿਜ਼ ਇਸ ਚਿੰਤਾ ਕਰਕੇ, ਇਸ ਤਣਾਅ ਕਰਕੇ, ਇਸ ਬੋਝ ਕਰਕੇ। ਸਾਹਿਬ ਕਹਿੰਦੇ ਨੇ, ਉੱਦਮ ਕਰਨਾ ਤੇਰਾ ਧਰਮ ਹੈ, ਚਿੰਤਾ ਕਰਨਾ ਤੇਰਾ ਫਰਜ਼ ਨਹੀਂ ਹੈ। ਚਿੰਤਾ ਕਰਨਾ ਪ੍ਰਭੂ ਦਾ ਫਰਜ਼ ਹੈ, ਉੱਦਮ ਕਰਨਾ ਤੇਰਾ ਫਰਜ਼ ਹੈ। ਤੂੰ ਉੱਦਮ ਕਰੀ ਜਾ, ਤੂੰ ਮਿਹਨਤ ਕਰੀ ਜਾ, ਤੂੰ ਪੁਰਸ਼ਾਰਥ ਕਰੀ ਜਾ। ਤੇਰੇ ਪੁਰਸ਼ਾਰਥ ਨੂੰ ਯੋਗਤਾ ਅਨੁਸਾਰ, ਤੇਰੀ ਪ੍ਰਾਲਬਧ ਅਨੁਸਾਰ ਉਹ ਭਾਗ ਲਾਂਦਾ ਜਾਏਗਾ, ਝੋਲੀਆਂ ਭਰਦਾ ਜਾਏਗਾ,
ਤੈਨੂੰ ਦੇਂਦਾ ਜਾਏਗਾ। ਔਰ ਤੇਰੇ ਪ੍ਰਲਵਤ ਦੇ ਬੂਟੇ ਨੂੰ ਜਿਤਨੇ ਫੁੱਲ ਲੱਗ ਜਾਣ, ਜਿਤਨੇ ਫਲ ਲੱਗ ਜਾਣ, ਉਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਉਹਨੂੰ ਖਿੜੇ ਮੱਥੇ ਆਪਣੀ ਝੋਲੀ ਚ ਪਾ ਲੈ। ਸੋ ਕਰ ਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਆਰੀ ਸਵਾਸਤ ਤਿਸ ਤਿਸ ਦੀਵਾਨ ਅਭਗ। ਸਾਹਿਬ ਕਹਿੰਦੇ ਨੇ ਉਸਦਾ ਹੁਕਮ, ਉਸਦਾ ਦੀਵਾਨ, ਉਸਦੀ ਦਿੱਤੀ ਹੋਈ ਰਿਜ਼ਕ ਅਭਗ ਹੈ, ਭਾਵ ਮਿੱਟਣ ਵਾਲੀ ਨਹੀਂ ਹੈ। ਉਹਦਾ ਦਰਬਾਰ ਮਿੱਟਣ ਵਾਲਾ ਨਹੀਂ ਹੈ, ਉਹਦੀ ਦਾਤ ਮਿੱਟਣ ਵਾਲੀ ਨਹੀਂ ਹੈ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਿਹੜਾ ਦਾਤਾ ਹੈ, ਇਸ ਤਰ੍ਹਾਂ ਦਾ ਜੋ ਪਰਮਾਤਮਾ ਹੈ, ਉਸ ਨੂੰ ਮੇਰੀ ਨਮਸਕਾਰ ਹੈ, ਉਹਨੂੰ ਮੇਰੀ ਜੈ ਜੈਕਾਰ ਹੈ। ਮੈਂ ਜੈ ਕਰਦਾ, ਮੈਂ ਨਮਸਕਾਰ ਕਰਦਾ, ਮੈਂ ਉਸ ਤੋਂ ਸਦਕੇ ਹਾਂ, ਮੈਂ ਜੁਹਾਰ ਕਰਦਾ, ਮੱਥਾ ਟੇਕਦਾ ਉਸ ਪਰਿਪੂਰਨ ਪਰਮਾਤਮਾ ਨੂੰ, ਜਿਸ ਦਾ ਫੈਸਲਾ, ਜਿਸ ਦੀ ਦਾਤ, ਜਿਸ ਦਾ ਦੀਵਾਨ ਅਮਿੱਟ ਹੈ, ਔਰ ਜੋ ਦਿੰਦਾ ਰਹਿੰਦਾ ਹੈ, ਦਿੰਦਾ ਰਹਿੰਦਾ ਹੈ। ਲੈਣ ਵਾਲੇ ਮਿੱਟ ਜਾਂਦੇ ਨੇ, ਦੇਣ ਵਾਲਾ ਨਹੀਂ ਮਿੱਟਦਾ। ਮੰਗਤੇ ਮਿੱਟ ਜਾਂਦੇ ਨੇ, ਦਾਤਾ ਆਪਣੀ ਥਾਂ ਤੇ ਅਮਰ ਰਹਿੰਦਾ, ਸਦੀਵੀ ਰਹਿੰਦਾ। ਤਿਸ ਜੁਆਰੀ ਸਵਾਸਤ ਤਿਸ ਤਿਸ ਦੀਵਾਨ ਅਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਨਾਮ ਅਧਿਆਤਮਿਕ ਜੀਵਨ ਦੀ ਰੂਹ ਹੈ। ਅਧਿਆਤਮਿਕ ਜੀਵਨ ਨਾਮ ਦੇ ਆਸਰੇ ਤੇ ਹੈ। ਨਾਮ ਨਹੀਂ ਤਾਂ ਬਾਕੀ ਜਿਤਨੇ ਧਾਰਮਿਕ ਚਿੰਨ੍ਹ ਨੇ, ਇਹ ਮ੍ਰਿਤਕ ਸ਼ਿੰਗਾਰ ਹੋ ਸਕਦਾ ਹੈ, ਮੁਰਦੇ ਦਾ ਸ਼ਿੰਗਾਰ। ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸੱਚੇ ਨਾਮ ਦੇ ਸਿਮਰਨ ਤੋਂ ਬਿਨਾਂ, ਸੱਚੇ ਨਾਮ ਦੇ ਜਾਪ ਤੋਂ ਬਿਨਾਂ ਕੀ ਮੈਨੇ ਰੱਖਦਾ ਟਿੱਕਾ, ਕੀ ਮੈਨੇ ਰੱਖਦਾ ਜਨੇਊ। ਸਾਹਿਬ ਕਹਿੰਦੇ ਨੇ ਨਾਮ ਦੇ ਵਿੱਚ ਹੀ ਸਾਰੇ ਸ਼ਿੰਗਾਰ ਆ ਗਏ, ਤੇ ਨਾਨਕ ਕੇ ਘਰ ਕੇਵਲ ਨਾਮ, ਮੇਰੇ ਘਰ ਦੇ ਵਿੱਚ ਤੇ ਕੇਵਲ ਨਾਮ ਦੀ ਹੀ ਮਹਿਮਾ ਹੈ, ਗੁਰੂ ਘਰ ਦੇ ਵਿੱਚ ਨਾਮ ਦੀ ਹੀ ਮਹਿਮਾ ਹੈ। ਉਂਝ ਵੀ ਅਨੰਤ ਭਗਤ ਜਨ ਵੀ ਐਸਾ ਕਹਿੰਦੇ ਨੇ, ਸਤਜੁਗ ਸਤ ਤ੍ਰੇਤਾ ਜਗੀ ਦੁਆਪੁਰ ਪੂਜਾ ਚਾਰ, ਤੀਨੋ ਜੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਮੌਜੂਦਾ ਦੌਰ ਤੇ ਕੇਵਲ ਨਾਮ ਦਾ ਹੀ ਹੈ, ਨਾਮ ਦੇ ਆਸਰੇ ਤੇ ਹੀ ਸਾਡੀ ਜੀਵਨ ਨੌਕਾ ਪਾਰ ਹੋ ਸਕਦੀ ਹੈ। ਤੋ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਜਿਤਨਾ ਵੀ ਧਾਰਮਿਕ ਸ਼ਿੰਗਾਰ ਹੈ ਉਹ ਵਿਅਰਥ ਹੈ। ਉਸ ਸ਼ਿੰਗਾਰ ਵਿੱਚ ਟਿੱਕਾ, ਧੋਤੀ ਔਰ ਜਨੇਊ ਖਾਸ ਕਰਕੇ ਹੈ ਇਸ ਦੇਸ਼ ਵਿੱਚ। ਤੋ ਸਾਹਿਬ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਇਹ ਖੂਬੀ ਸੀ ਕਿ ਆਪ ਹਰ ਉਸ ਸ਼ਿੰਗਾਰ ਨੂੰ ਮਿੱਥਿਆ ਕਰਕੇ ਕਹਿੰਦੇ ਰਹੇ ਜਿਹਦੇ ਚ ਨਾਮ ਨਹੀਂ। ਨਾਮ ਕੋਈ ਜਪ ਰਿਹਾ, ਨਾਮ ਉਸਦੇ ਕੋਲ ਹੈ, ਪ੍ਰਵਾਨ ਹੈ ਜਨੇਊ, ਪ੍ਰਵਾਨ ਹੈ ਟਿੱਕਾ, ਪਰ ਨਾਮ ਹੀ ਨਹੀਂ ਤੋ ਸਾਰਾ ਸ਼ਿੰਗਾਰ ਵਿਅਰਥ ਹੈ।
Wow.